ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਤਸਵੀਰ ਦੇ ਦੋ ਪਾਸੇ ਸੁਦਾ ਦੇ ਪਤੀ ਜੇਠ ਤੇ ਸੱਸ ਵਿਰੋਧ ਸਭ ਤੋਂ ਵਧੀਆ ਤੇ ਮੁੱਲਵਾਨ ਸ਼ਹਾਦਤ ਤਾਂ ਉਸ ਵਿਅਕਤੀ ਦੀ ਹੁੰਦੀ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਖੁਦ ਸੁਦਾ ਨੂੰ ਤੀਲੀ ਲਈ ਜਾਂਦੀ ਦੇਖੀ ਸੀ ਕੁਦਰਤੀ ਤੌਰ ਤੇ ਗਵਾਂਡੀ ਤਾਂ ਕੋਈ ਉਸ ਸਮੇਂ ਉਹਨਾਂ ਦੇ ਘਰ 'ਚ ਬੈਠਾ ਹੋ ਨਹੀਂ ਸੀ ਸਕਦਾ ਘਰ 'ਚ ਤਾਂ ਘਰ ਵਾਲੇ ਹੀ ਹੋ ਸਕਦੇ ਆ ਸੁਦਾ ਦੇ ਜੇਠ ਸੁਭਾਸ਼ ਨੇ ਅਦਾਲਤ ਨੂੰ ਦੱਸਿਆ ਲਛਮਣ ਦੀ ਬੋਟੀ ਨੂੰ ਬੱਚਾ ਹੋਣ ਵਾਲਾ ਸੀ ਇਸ ਲਈ ਮੈਂ ਉਹਨੂੰ ਸਿਆਣੀ ਸਮਝ ਕੇ ਆਪਣੀ ਮਾਂ ਨੂੰ ਬੜਾਤ ਜਿੱਥੇ ਉਹ ਰਹਿੰਦੀ ਸੀ ਤੋਂ ਲੈ ਆਇਆ ਤੇ ਆਪਣੀ ਬੋਟੀ ਨੂੰ ਉੱਥੇ ਛੱਡ ਆਇਆ ਵਾਕੇ ਵਾਲੇ ਸ਼ਾਮ ਉਹਨੇ 12 ਕੇ ਕੱਪੜੇ ਬਦਲੇ ਗੁਸਲਖਾਨੇ ਚ ਚਲਾ ਗਿਆ ਸੋਦਾਨ ਨੇ ਕਿਹਾ ਮੈਂ ਤੁਹਾਡਾ ਖਾਣਾ ਗਰਮ ਕਰਦੀ ਆ ਮੇਰੀ ਮਾਂ ਕੋਲੀ ਸੌਣ ਕਮਰੇ ਚ ਮੇਰੇ ਬੱਚੇ ਨੂੰ ਬੋਦੀ ਚ ਫੜੀ ਬੈਠੀ ਸੀ ਉਹ ਬੱਚਾ ਰੋ ਪਿਆ ਤਾਂ ਉਹਨੇ ਸੁਦਾ ਨੂੰ ਕਿਹਾ ਪਹਿਲਾਂ ਇਹਨੂੰ ਦੁੱਧ ਗਰਮ ਕਰ ਦੇ ਮੈਂ ਗੁਸਲਖਾਨੇ 'ਚ ਹਾਜਤ ਪੂਰੀ ਕਰ ਰਿਹਾ ਸੀ ਜਦ ਮੈਂ ਹਾਈ ਹਾਈ ਅੱਗ ਲੱਗ ਗਈ ਦੀ ਆਵਾਜ਼ ਸੁਣੀ ਮੈਂ ਹਾਜਤ ਨਿਵਰਤ ਕਰਕੇ ਬਾਹਰ ਆਇਆ ਦੇਖਿਆ ਕਿ ਸੁਦਾ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਹੈ ਉਹਦੇ ਕੱਪੜੇ ਨਾਈਲਨ ਦੇ ਸਨ ਇਸ ਲਈ ਉਸ ਘੰਟਾਂ 'ਚ ਭਾਂਬੜ ਬਣ ਕੇ ਵੱਲ ਪਏ ਇਸ ਤਰ੍ਹਾਂ ਕਿ ਉਹਦੇ ਨੇੜੇ ਲੱਗਣਾ ਔਖਾ ਹੋ ਗਿਆ ਦਰਵਾਜ਼ੇ ਨੂੰ ਅੱਗ ਲੱਗ ਕੇ ਲਾਟਾਂ ਨਾਲ ਦੇ ਕਮਰੇ 'ਚੋਂ ਹੀ ਆਉਣ ਲੱਗ ਪਈਆਂ ਮੈਂ ਕਾਬਰ ਗਿਆ ਕੋਈ ਕੰਬਲ ਪਹਾੜਾਂ ਤੋਂ ਮਿਲੇ ਨਾ ਉਹ ਦੂਜੇ ਕਮਰੇ ਵਿੱਚ ਲੱਭਿਆ ਤੇ ਉਹਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇੰਨੇ ਨੂੰ ਹੋਰ ਬੰਦੇ ਵੀ ਆ ਗਏ ਅਸੀਂ ਸੁਦਾ ਨੂੰ ਕੋਲੀ ਸੇਂਟ ਸਟੀਫਨ ਹਸਪੀਟਲ ਲੈ ਗਏ ਜਿੱਥੇ ਕਿ ਉਹ ਪਹਿਲਾਂ ਵੀ ਜਾਇਆ ਕਰਦੀ ਸੀ ਤੇ ਜਾਂਦੇ ਜਾਂਦੇ ਰਸਤੇ 'ਚ ਸੁਦਾ ਦੀ ਭੈਣ ਤੇ ਉਹਦੇ ਪਤੀ ਨੂੰ ਵੀ ਨਾਲ ਰਲਾ ਲਿਆ ਹਸਪਤਾਲ 'ਚ ਸੁਦਾ ਨੇ ਡਾਕਟਰ ਦੀ ਮੌਜੂਦਗੀ 'ਚ ਪੁਲਿਸ ਨੂੰ ਬਿਆਨ ਦਿੱਤਾ ਧੇਰਾ ਵਿਚਕਾਰ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ ਸੀ ਲਜਮਣ ਨੇ ਦੱਸਿਆ ਮੈਂ ਸੁਦਾ ਦੀ ਭੈਣ ਨੂੰ ਬੱਸ ਸਟਾਪ ਤੇ ਛੱਡਣ ਗਿਆ ਹੋਇਆ ਸੀ ਜਿਹੜੀ ਕਿ ਕੁਛ ਹੀ ਥੇਰ ਪਹਿਲਾਂ ਉਹਨੂੰ ਮਿਲ ਗਈ ਸੀ ਮੈਂ ਮੁੜ ਕੇ ਆਇਆ ਤਾਂ ਆਪਣੇ ਘਰ ਅੱਗੇ ਭੀੜ ਲੱਗੀ ਦੇਖੀ ਅਸੀਂ ਸੁਦਾ ਦੀ ਭੈਣ ਤੇ ਪਹਨੋਏ ਨੂੰ ਸਾਡੇ ਨਾਲ ਚੱਲਣ ਦੀ ਬੇਨਤੀ ਕੀਤੀ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਕਿਸੇ ਅੱਛੇ ਹਸਪਤਾਲ ਲੈ ਜਾਓ ਹਸਪਤਾਲ 'ਚ ਡਾਕਟਰ ਦੇ ਸਾਹਮਣੇ ਉਹਨੇ ਪੁਲਿਸ ਨੂੰ ਬਿਆਨ ਲਿਖਵਾਇਆ ਤੇ ਅਜਿਹੀ ਕੋਈ ਗੱਲ ਨਹੀਂ ਕਹੀ ਜਿਹੀ ਗਵੰਢੀ ਕਹਿੰਦੇ ਸੀ ਸਾਨੂੰ ਸੁਦਾ ਜਾਂ ਉਹਦੇ ਪਰਿਵਾਰ ਨਾਲ ਕੋਈ ਸ਼ਿਕਾਇਤ ਨਹੀਂ ਸੀ ਅਸੀਂ ਬੜੇ ਖੁਸ਼ ਸੀ ਕਿ ਉਹਨੂੰ ਇਨਾ ਹੀ ਦਿਨਾਂ 'ਚ ਬੱਚਾ ਹੋਣ ਵਾਲਾ ਹੈ ਤੇ ਮੇਰਾ ਕਾਰੋਬਾਰ ਬਹੁਤ ਅੱਛਾ ਚੱਲ ਰਿਹਾ ਸੀ ਤੇ ਮੈਂ ਆਪਣੇ ਸਹੁਰਿਆਂ ਤੋਂ ਕੁਝ ਨਹੀਂ ਸੀ ਲੈਣਾ ਚਾਹੁੰਦਾ। ਸ਼ਕੁੰਤਲਾ ਨੇ ਕਿਹਾ ਮੈਂ ਬੁੱਢੀ ਹਾਂ, ਬਿਮਾਰ ਰਹਿੰਦੀ ਹਾਂ, ਨਜ਼ਰ ਕਮਜ਼ੋਰ ਹੈ, ਤੁਰਨਾ ਫਿਰਨਾ ਔਖਾ ਹੈ ਤੇ ਵਾਕਿਆ ਸਮੇਂ ਸੁਭਾਸ਼ ਦੇ ਬੱਚੇ ਨੂੰ ਗੋਦੀ 'ਚ ਲਈ ਬੈਠੀ ਸੀ ਜਦ ਸੁਦਾ ਦੀਆਂ ਚੀਕਾਂ ਸੁਣੀਆਂ ਅੱਗ ਲੱਗ ਗਈ। ਦੇਖੀ ਤਾਂ ਅਸੀਂ ਘਬਰਾ ਗਏ ਮੇਰੇ ਪੁੱਤਰ ਨੇ ਕੰਬਲ ਨਾਲ ਅੱਗ ਬੁਝਾਈ ਐ ਸੀ ਸੁਦਾ ਨੂੰ ਹਸਪਤਾਲ ਲੈ ਗਏ। ਇਹ ਤਾਂ ਰਹੀ ਦੋਸ਼ੀਆਂ ਦੇ ਆਪਣੇ ਕਹਿਣ ਦੀ ਜ਼ਬਾਨੀ ਗੱਲ। ਹਾਈ ਕੋਰਟ ਨੇ ਉਹਨਾਂ ਚਿੱਠੀਆਂ ਦਾ ਹਵਾਲਾ ਦਿੱਤਾ ਜਿਹੜੀਆਂ ਸੁਦਾ ਨੇ ਆਪ ਸਮੇਂ-ਸਮੇਂ ਉਹਨਾਂ ਚੋਂ ਇੱਕ 17 ਅਕਤੂਬਰ 1980 ਦੀ ਹੈ ਗੀਤਾ ਲਛਮਣ ਦੀ ਭੈਣ ਸੁਦਾ ਦੀ ਨੰਦ ਨੂੰ ਮਰਨ ਵਾਲੀ ਨੇ ਪਾਈਆਂ ਪ੍ਰਯੋਜਨ ਸੀ ਇਹ ਵਿਖਾਉਣਾ ਕਿ ਸੁਦਾ ਦੇ ਮਨ ਚ ਆਪਣੇ ਸੱਸ ਸਹੁਰੇ ਤੇ ਨੰਦ ਲਈ ਪੂਰਨ ਪਿਆਰ ਤੇ ਸਤਿਕਾਰ ਸੀ ਅਸ਼ੋਕ ਸੁਦਾ ਦੇ ਭਰਾ ਦਾ ਵਿਆਹ 12 ਫਰਵਰੀ 1981 ਨੂੰ ਰੁੱਤਕ ਹੋਣਾ ਨਿਸ਼ਚਿਤ ਹੋਇਆ ਸੀ ਇਹ ਨਾਤਾ ਦੋਸ਼ੀ ਤੇ ਨਹੀਂ ਕਰਵਾਇਆ ਸੀ ਇੱਤੀ ਵਾਲੇ ਉਹਨਾਂ ਦੇ ਰਿਸ਼ਤੇਦਾਰ ਸਨ ਬਰਾਤ ਦੇ ਦਿੱਲੀ ਠਹਿਰਨ ਦਾ ਪ੍ਰਬੰਧ ਵੀ ਦੋਸ਼ੀਆਂ ਵੱਲੋਂ ਕੀਤਾ ਗਿਆ ਸੀ ਹਾਈ ਕੋਰਟ ਨੇ ਦਿਨੇਸ਼ ਸੁਦਾ ਦੇ ਭਰਾ ਦੀ ਚਿੱਠੀ ਆਪਣੇ ਫੈਸਲੇ ਦਾ ਅੰਗ ਬਣਾਈ ਮਿਤੀ 25 ਸਤੰਬਰ 1980 ਉਹਦੇ ਚ ਸੁਦਾ ਦੇ ਸਹੁਰੇ ਨੂੰ ਹੋਰ ਗੱਲਾਂ ਤੋਂ ਬਿਨਾਂ ਲਿਖਿਆ ਗਿਆ ਸੀ ਕਿਸਮਤ ਵਾਲੇ ਲੋਕਾਂ ਨੂੰ ਹੀ ਤੁਹਾਡੇ ਵਰਗੇ ਰਿਸ਼ਤੇਦਾਰ ਮਿਲਦੇ ਹਨ ਮੈਂ ਤੈਹ ਦਿਲ ਤੋਂ ਕਹਿਣਾ ਕਿ ਤੁਹਾਡੇ ਵਰਗਾ ਪਰਿਵਾਰ ਕੋਈ ਲੱਖ 2 ਲੱਖ ਚੋਂ ਇੱਕ ਹੀ ਹੁੰਦਾ ਹੈ ਤੁਹਾਡੀ ਵਡਿਆਈ ਸੁਣ ਕੇ ਅਸੀਂ ਵੀ ਤੁਹਾਡੇ ਨੇਕ ਗੁਣ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੈਸ਼ਨ ਜੱਜ ਨੇ ਕਿਹਾ ਕਿ ਇਸ ਕਿਸਮ ਦੀਆਂ ਚਿੱਠੀਆਂ ਕੇਵਲ ਖੁਸ਼ਾਮਦ ਵਜੋਂ ਲਿਖੀਆਂ ਗਈਆਂ ਸਨ ਤਾਂ ਜੋ ਸੁਦਾ ਨਾਲ ਚੰਗਾ ਮਿੱਠਾ ਵਿਹਾਰ ਕਰਨ ਪਰ ਹਾਈ ਕੋਰਟ ਦੇ ਵਿੱਚ ਅਨ ਵਿਚਾਰ ਅਨੁਸਾਰ ਜਿਆ ਨਹੀਂ ਸੀ। ਧਿਰਾਂ ਦੇ ਸਬੰਧ ਠੀਕ ਸਨ। ਸੁਦਾ ਆਪਣੀ ਸੱਸ ਨੂੰ ਪਿਆਰ ਕਰਦੀ ਸੀ ਤੇ ਉਹਨੂੰ ਆਪਣੇ ਕੋਲ ਕੁਝ ਦਿਨ ਕੱਟਣ ਲਈ ਬੁਲਾਉਂਦੀ ਰਹੀ ਸੀ। ਸੁਦਾ ਦੇ ਦੋਹਾਂ ਪਣੋਈਆਂ ਨੇ 22 ਦਸੰਬਰ 1900 ਅਸੀ ਨੂੰ ਬਿਆਨ ਦਿੱਤੇ ਉਹਨਾਂ ਨੇ ਮੰਨਿਆ ਕਿ ਸੁਦਾ ਤੇ ਉਹਦੇ ਪਤੀ ਦੇ ਸਬੰਧ ਸਨੇਹ ਭਰਪੂਰ ਸਨ ਸੈਸ਼ਨ ਜੱਜ ਦੀ رائے ਤੇ ਸ਼ਹਾਦਤ ਮੌਜੂਦ ਸੀ ਕਿ ਉਹਦੇ ਪੁੱਤਰ ਹੋਣ ਦੀ ਸੂਰਤ ਵਿੱਚ ਦੋਸ਼ੀਆਂ ਵੱਲੋਂ ਸਕੂਟਰ ਤੇ ਫ੍ਰਿਜ ਦੀ ਮੰਗ ਕੀਤੀ ਗਈ ਸੀ ਤੇ ਜਦੋਂ ਦੀ ਪੱਕੀ ਤਸੱਲੀ ਨਾ ਮਿਲੀ ਉਹਨਾਂ ਸੁਦਾ ਨੂੰ ਮਾਰ ਮੁਕਾਉਣ ਦੀ ਸਾਜ਼ਿਸ਼ ਬਣਾ ਲਈ ਕਿਉਂਕਿ ਬੱਚਾ ਹੋਣ ਤੋਂ ਬਾਅਦ ਲక్ష్మణ ਦੀ ਦੂਜੀ ਸ਼ਾਦੀ ਕਰਕੇ ਤਾਜ਼ਾ ਦਹੇਜ ਪ੍ਰਾਪਤ ਕਰਨ ਦਾ ਅਵਸਰ ਸੌਖੇ ਕੀਤੇ ਨਹੀਂ ਸੀ ਲੱਭਣਾ ਹਾਈ ਕੋਰਟ ਨੇ ਕਿਹਾ ਕਿ ਹੋ ਸਕਦਾ ਸੁਦਾ ਦੀ ਸੱਸ ਜਾਂ ਹੋਰ ਘਰ ਵਾਲਿਆਂ ਨੇ ਕਿਹਾ ਹੋਵੇ ਕਿ ਉਹ ਜੇ ਪੁੱਤਰ ਦਾ ਜਨਮ ਹੋਇਆ ਤਾਂ ਸਕੂਟਰ ਫ੍ਰਿਜ ਤੇ ਕੁਝ ਨਗਦ ਦੀ ਆਸ ਰੱਖਣਗੇ ਪਹਿਲਾ ਪੁੱਤ ਜੰਮਣ ਤੇ ਮਾਪਿਆਂ ਵੱਲੋਂ ਕੁਝ ਅਜਿਹਾ ਕੁਝ ਦੇਣ ਦਾ ਹਿੰਦੂਆਂ 'ਚ ਰਿਵਾਜ ਹੀ ਹੈ ਪਰ ਇਹ ਨਹੀਂ ਹੋ ਸਕਦਾ ਕਿ ਇੰਨੀ ਇੱਕ ਗੱਲ ਪਿੱਛੇ ਉਹਨੂੰ ਮਾਰ ਮੁਕਾਉਣ ਲਈ ਤਿਆਰ ਹੋ ਗਏ ਹੋਣ ਸੁਦਾ ਦਾ ਨਾਮ ਉਹਨਾਂ ਦੇ ਸੇਂਟ ਸਟੀਫਨ ਹਸਪਤਾਲ ਵਿੱਚ ਡਿਲੀਵਰੀ ਲਈ ਦਰਜ ਕਰਵਾਇਆ ਹੋਇਆ ਸੀ ਉੱਥੇ ਬਕਾਇਦਾ ਚੈੱਕਅਪ ਕਰਵਾਇਆ ਜਾਂਦਾ ਸੀ ਇੱਕ ਹਫਤਾ ਪਹਿਲਾਂ ਮਧੂ ਸੁਭਾਸ਼ ਦੋਸ਼ੀ ਦੀ ਵੋਟੀ ਉਹਦੇ ਨਾਲ ਹਸਪਤਾਲ ਜਾ ਕੇ ਆਈ ਸੀ ਤੇ ਡਿਲੀਵਰੀ ਨੇੜੇ ਆ ਗਈ ਦੇਖ ਕੇ ਵਾਕਿਤੋਂ ਇੱਕ ਹੀ ਦਿਨ ਪਹਿਲਾਂ ਉਹਦੀ ਸੱਸ ਬੜੌਧ ਤੋਂ ਦਿੱਲੀ ਲਿਆਂਦੀ ਗਈ ਸੀ ਜੇ ਉਹਨੂੰ ਮਾਰਨ ਦਾ ਇਰਾਦਾ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੁੰਦਾ ਤਾਂ ਲੈਟਸਮਨ ਤੇ ਮਧੂ ਇਸ ਤਰ੍ਹਾਂ ਦੀ ਦਿਲਚਸਪੀ ਹਰਗਿਜ਼ ਨਾ ਵਿਖਾਉਂਦੇ रिकॉर्ड इस्तगासे दी पुष्टि ਨਹੀਂ ਕਰਦਾ ਕਿ ਦਹੇਜ ਦੀ ਘਾਟ ਕਾਰਨ ਸੁਦਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਹਾਈ ਕੋਰਟ ਨੇ ਉਸ ਸ਼ਹਾਦਤ ਦਾ ਜ਼ਿਕਰ ਕੀਤਾ ਜਿਸ ਤੋਂ ਪਤਾ ਲੱਗਦਾ ਸੀ ਕਿ ਸੁਦਾ ਦੇ ਨਾਲ ਉਹਦਾ ਪਤੀ ਉਹਦੇ ਦੋ ਦੇੁਰ ਜੇਠ ਜਠਾਣੀ ਤੇ ਇਸ ਜਠਾਣੀ ਦੇ ਬੱਚੇ ਰਹਿ ਰਹੇ ਸਨ ਤੇ ਇਹਨਾਂ ਦੀ ਰੋਟੀ ਸਾਂਝੀ ਸੀ ਜਠਾਣੀ ਅਧਿਆਪਕ ਵਜੋਂ ਨੌਕਰੀ ਕਰਦੀ ਸੀ ਸੁਦਾ ਪੇਕਿਆਂ ਤੋਂ ਬਹੁਤਾ ਕੰਮ ਕਰਦੀ ਨਹੀਂ ਸੀ ਆਈ ਹੁਣ ਜਦੋਂ ਕਿ ਗਰਭਵਤੀ 20 ਸੀ ਉਹ ਤੋਂ ਸਾਰੇ ਕੰਮ ਨਾਲ ਨਿਪਟਿਆ ਨਹੀਂ ਸੀ ਜਾਂਦਾ ਤੇ ਜੇ ਕੋਈ ਨੌਕਰਾਨੀ ਘਰੋਗੀ ਕੰਮ ਲਈ ਰੱਖੀ ਵੀ ਤਾਂ ਉਹ ਮਧੂ ਨੇ ਹਟਾ ਦਿੱਤੀ ਇਹਨਾਂ ਹਾਲਾਤ ਨੇ ਕੁਝ ਕੜਤਨ ਪੈਦਾ ਕਰਤੀ ਹੋएगी ਤਾਂ ਵੀ ਦੋਸ਼ੀਆਂ ਦੇ ਸੁਦਾ ਦੇ ਤੇ ਹੋਣ ਵਾਲੇ ਬੱਚੇ ਦੀ ਜਾਨ ਲੈਣ ਲਈ ਕੋਈ ਪ੍ਰੇਰਕ ਕਾਰਨ ਨਹੀਂ ਹੋ ਸਕਦਾ ਮਰਨ ਵਾਲੀ ਦੇ ਬਿਆਨ ਇਹ ਬਿਆਨ ਦੋ ਭਾਂਤ ਦੇ ਸਨ ਲਿਖਤੀ ਤੇ ਜ਼ਬਾਨੀ ਦੁਰਘਟਨਾ 9 ਵਜੇ ਰਾਤ ਦੇ ਵਾਪਰੀ 9:45 ਤੇ ਸੋ ਤੁਹਾਨੂੰ ਹਸਪਤਾਲ ਦਾਖਲ ਕੀਤਾ ਗਿਆ ਸੀ। OPD ਵਿਦ ਉਹਦੀ ਸਾਰ ਡਾਕਟਰ ਵਿਜੇ ਕੁਮਾਰ ਨੇ ਲਈ। ਉਹਦੇ ਬਾਰੇ ਬਣੇ ਟਿਕਟ ਵਿੱਚ ਦਰਜ ਕੀਤਾ ਗਿਆ ਕਿ ਉਹਨੂੰ ਕੈਰੋਸਨ ਦੇ ਸਟੋਵ ਤੇ ਦੁੱਧ ਕਰਮ ਕਰਨ ਸਮੇਂ ਅੱਗ ਲੱਗਣੀ ਦੱਸੀ ਜਾਂਦੀ ਹੈ। ਡਾਕਟਰ ਨੇ ਇਹ ਵੀ ਨੋਟ ਕੀਤਾ ਕਿ ਮਰੀਜ਼ ਹੋਸਟ ਹੈ। 15 ਦਿਨਾਂ ਬਾਅਦ 10 ਵਜੇ ਇੱਕ ਹੋਰ ਲਿਆ ਬਣੀ। ਉਸ 'ਤੇ ਦਰਜ ਕੀਤਾ ਗਿਆ ਕਿ ਮਰੀਜ਼ ਪੂਰੀ ਤਰ੍ਹਾਂ ਹੋਸ਼ ਵਿੱਚ ਅਤੇ ਸਵਾਲਾਂ ਦੇ ਜਵਾਬ ਦਿੰਦੀ ਹੈ ਮਰੀਜ਼ ਨੂੰ 11:20 ਤੇ ਇੰਟੈਂਸਿਵ ਕੇਅਰ ਯੂਨਿਟ ਚ ਐਡਮਿਟ ਕੀਤਾ ਗਿਆ ਉੱਥੇ ਸੁਰਿੰਦਰ ਦੇਵ ਤਫ਼ਤੀਸ਼ੀ ਅਫਸਰ ਡਾਕਟਰ ਜੋਸੇਫ ਨੂੰ ਮਿਲਿਆ ਇਸ ਡਾਕਟਰ ਨੇ ਸਰਟੀਫਿਕੇਟ ਦਿੱਤਾ ਕਿ ਮਰੀਜ਼ ਬਿਆਨ ਦੇਣ ਦੀ ਪੋਜੀਸ਼ਨ ਵਿੱਚ ਹੈ ਇਸ ਸਰਟੀਫਿਕੇਟ ਬਾਅਦ ਡਾਕਟਰ ਦੀ ਮੌਜੂਦਗੀ ਵਿੱਚ ਸੁਧਾ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਵਾਇਆ ਜਿਹਦਾ ਭਾਵ ਸੀ ਕਿ ਮੈਂ ਘਰ 'ਚ ਦੁੱਧ ਉਬਾਲ ਰਹੀ ਸੀ ਜਦ ਮੈਂ ਸਟ੍ਰੋਕ ਵਾਲਿਆ ਤੇ ਅਚਾਨਕ ਭੂਕਾ ਉੱਠਿਆ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ ਜਿਸ ਦੇ ਨਤੀਜੇ ਵਜੋਂ ਮੇਰਾ ਸਰੀਰ ਸੜ ਗਿਆ ਉਸ ਸਮੇਂ ਘਰ 'ਚ ਮੇਰੀ ਸੱਸ ਤੇ ਡੇਠ ਮੌਜੂਦ ਸਨ ਜਿਨ੍ਹਾਂ ਨੇ ਕੰਬਲ ਲਪੇਟ ਕੇ ਅੱਗ ਬੁਝਾਈ ਮੈਂ ਇੱਕਦਮ ਅੱਗ ਭੜਕਣ ਕਰਕੇ ਸੜ ਗਈ ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਮੈਂ ਆਪਣਾ ਬਿਆਨ ਸੁਣ ਲਿਆ ਹੈ ਇਹ درست ਹੈ ਡਾਕਟਰ ਜੋਸੇਫ ਨੇ ਪੁਲਿਸ ਅਫਸਰ ਦੇ ਲਿਖੇ ਇਸ ਬਿਆਨ ਦੀ ਤਸਦੀਕ ਕੀਤੀ ਹਾਲਾਂਕਿ ਇਸ ਤਗਾਸੇ ਨੇ ਡਾਕਟਰ ਜੋਸੇਫ ਦਾ ਨਾਮ ਆਪਣੇ ਗਵਾਹਾਂ ਦੀ ਸੂਚੀ 'ਚ ਦਿੱਤਾ ਸੀ ਪਰ ਪਿਛੋਂ ਉਹਨੂੰ ਛੱਡ ਦਿੱਤਾ ਉਹ ਸਫਾਈ 'ਚ ਪੇਸ਼ ਕੀਤਾ ਗਿਆ ਤੇ ਉਹਦੇ ਉਨੇ ਅਦਾਲਤ ਵਿੱਚ ਕਿਹਾ ਕਿ ਮਰਨ ਵਾਲੀ ਨਹੀਂ ਉਪਰੋਕਤ ਬਿਆਨ ਮੇਰੀ ਮੌਜੂਦਗੀ ਚ ਦਿੱਤਾ ਸੀ ਇਹਨਾਂ ਪ੍ਰਸਥਿਤੀਆਂ ਵਿੱਚ ਹਾਈ ਕੋਰਟ ਨੇ ਨਿਰਣੇ ਤੇ ਪਹੁੰਚੀ ਕਿ ਸੁਦਾ ਦਾ ਸੋਹਰਾ ਪਰਿਵਾਰ નિર્ਦੋਸ਼ ਸੀ ਧੰਨਵਾਦ